ਪੰਜਾਬੀ ਅਕੈਡਮੀ ਚੈਨਲ ਵਿੱਚ ਹਾਪਸਬਦਾ ਇਕਵਰ ਫਿਰ ਤੋਂ ਸਵਾਗਤ ਹੈ ਨਵੀਆਂ ਵੀਡੀਓਜ਼ ਪ੍ਰਾਪਤ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੀ ਬੈਲ ਆਈਕਨ ਦੇ ਬਟਨ ਨੂੰ ਦਬਾਓ ਅਗਰ ਵੀਡੀਓ ਅੱਛੀ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰੋ ਅੱਜ ਦਾ ਸਾਡਾ ਟੌਪਿਕ ਹੈ ਪੰਜਾਬੀ ਵਿਆਕਰਣ ਵਿੱਚ ਬਹੁਅਰਥਕ ਸ਼ਬਦ ਅੱਜ ਅਸੀਂ ਇਹਨਾਂ ਬਾਰੇ ਪੜਾਂਗੇ ਲੇਕਿਨ ਉਸ ਤੋਂ ਉਸ ਤੋਂ ਪਹਿਲਾਂ ਇਹ ਜਾਣਾਂਗੇ ਕਿ ਬਹੁਅਰਥਕ ਸ਼ਬਦ ਕੀ ਹੁੰਦੇ ਹਨ ਬਹੁਅਰਥਕ ਸ਼ਬਦ ਬਹੁਅਰਥਕ ਸ਼ਬਦ ਉਹ ਸ਼ਬਦ ਹੁੰਦਾ ਹੈ ਜਿਸਦੇ ਅਰਥ ਇੱਕ ਤੋਂ ਵੱਧ ਹੋਣ ਆਮ ਤੌਰ ਤੇ ਬਹੁਅਰਥਕ ਸ਼ਬਦ ਉਹਨਾਂ ਸ਼ਬਦਾਂ ਨੂੰ ਕਿਹਾ ਜਾਂਦਾ ਹੈ ਜਿਨ੍ਹਾਂ ਦੇ ਸ਼ਬਦ ਜੋੜ ਅਤੇ ਉਚਾਰਨ ਤਾਂ ਇੱਕੋ ਜਿਹੇ ਹੁੰਦੇ ਹਨ ਪਰ ਅਰਥਾਂ ਵਿੱਚ ਬਹੁਤ ਅੰਤਰ ਹੁੰਦਾ ਹੈ ਕਈ ਵਾਰ ਇਹ ਇੱਕੋ ਜਿਹੇ ਜਾਪਦੇ ਸ਼ਬਦ ਵੱਖ-ਵੱਖ ਸੌਮਿਆ ਤੋਂ ਆਏ ਹੁੰਦੇ ਹਨ ਜਾਂ ਵੱਖ-ਵੱਖ ਪ੍ਰਸੰਗਾਂ ਵਿੱਚ ਲਗਾਤਾਰ ਵਰਤੋਂ ਕਾਰਨ ਵੱਖ-ਵੱਖ ਅਰਥਾਂ ਵਾਲੇ ਹੋ ਜਾਂਦੇ ਹਨ ਅਜਿਹੇ ਸ਼ਬਦਾਂ ਦੀਆਂ ਹੀ ਕੁਝ ਉਦਾਹਰਨਾਂ ਅੱਗੇ ਲਿਖੀਆਂ ਹਨ ਜਿਵੇਂ ਕਿ ਉਲਟੀ ਉਲਟੀ ਦਾ ਅਰਥ ਕੀ ਹੁੰਦਾ ਹੈ ਪੁੱਠੀ ਮੋਦੀ ਜਾਂ ਮੋੜਨਾ ਇੰਨਾ ਤਿੰਨਾ ਅਲੱਗ-ਲੱਗ ਅਰਥਾਂ ਦੇ ਮੁਤਾਬਕ ਅਸੀਂ ਵਾਕ ਬਣਾਉਨੇ ਹਨ ਤਾਂ ਕਿ ਇੱਕ ਸ਼ਬਦ ਤੋਂ ਹੀ ਅਲੱਗ-ਲੱਗ ਅਰਥਾਂ ਦੇ ਵਾਕ ਬਣਦੇ ਹਨ ਉਹਨਾਂ ਨੂੰ ਹੀ ਅਸੀਂ ਬਹੁਅਰਥਕ ਸ਼ਬਦ ਕਹਿੰਦੇ ਹਾਂ ਜਿਵੇਂ ਉਲਟੀ ਉਲٹے ਅਰਥ ਕੀ ਆ ਪੁੱਠੀ ਤੁਸੀਂ ਹਮੇਸ਼ਾ ਉਲਟੀ ਹੀ ਗੱਲ ਕਰਦੇ ਹੋ ਵੀ ਉਹ ਕੋਈ ਸਿੱਧੀ ਗੱਲ ਨਹੀਂ ਕਰਦਾ ਮੋਦੀ ਰਸਤੇ ਵਿੱਚ ਇੱਕ ਬੱਸ ਉਲਟੀ ਹੋਈ ਪਈ ਸੀ ਉਲਟੀ ਮਤਲਬ ਮੋਦੀ ਮੋੜਨਾ ਮੈਂ ਆਪਣੇ ਵੱਡੇ ਭਰਾ ਦੀ ਗੱਲ ਕਦੇ ਨਹੀਂ ਉਲਟੀ ਉਲਟੀ ਦਾ ਮਤਲਬ ਕੀ ਹੈ ਮੋੜਨਾ ਵੀ ਮੈਂ ਉਹਦਾ ਕਦੇ ਕਹਿਣਾ ਨਹੀਂ ਮੋੜਦਾ ਹਮੇਸ਼ਾ ਉਹਦਾ ਕਹਿਣਾ ਮੰਨਦਾ ਹਾਂ ਇੱਥੇ ਬੱਚਿਓ ਤੁਸੀਂ ਇੱਕ ਗੱਲ ਜ਼ਰੂਰ ਯਾਦ ਰੱਖਣੀ ਹੈ ਕਿ ਜਦੋਂ ਵੀ ਤੁਹਾਨੂੰ ਕੋਈ ਸ਼ਬਦ ਆਉਂਦਾ ਹੈ ਉਹਦੇ ਤੁਸੀਂ ਉਹ ਅਰਥਕ ਸ਼ਬਦ ਬਣਾਣੇ ਹਨ ਜਿਵੇਂ ਕਿ ਉਲਟੀ ਆ ਤਾਂ ਉਸ ਤੇ ਤੁਸੀਂ ਪੁੱਠੀ ਮੋਦੀ ਮੋੜਨਾ ਅਰਥ ਬਣਾ ਦਿੱਤੇ ਪਰ ਵਾਕ ਬਣਾਣ ਲੱਗੇ ਉਲਟੀ ਸ਼ਬਦੀ ਵਰਤੋਂ ਤਿੰਨੇ ਵਾਕਾਂ ਵਿੱਚ ਹੋਣੀ ਜ਼ਰੂਰੀ ਹੈ। ਇਸ ਤਰ੍ਹਾਂ ਹੀ ਤੁਹਾਡਾ ਵਾਕ ਪੂਰਾ ਮੰਨਿਆ ਜਾਵੇਗਾ। ਅਗਲਾ ਉੱਤਰ ਦਿਸ਼ਾ ਉੱਤਰ ਵੱਲੋਂ ਬੱਦਲ ਚੜ ਕੇ ਆ ਗਏ ਹਨ। ਸਵਾਲ ਇਸ ਸਵਾਲ ਦਾ ਸਹੀ ਉੱਤਰ ਲੱਭੋ। ਉਤਰਨਾ ਬਾਸਤੋਂ ਥੱਲੇ ਉਤਰ ਆਉ। ਅੱਗੇ ਉੱਚਾ ਉਚਾਈ ਉਸਦਾ ਕਦ ਮੇਰੇ ਨਾਲੋਂ ਉੱਚਾ ਹੈ। ਉੱਚਾ ਸੁਨਣਾ ਉਸ ਨੂੰ ਕੁਝ ਉੱਚਾ ਹੀ ਸੁਣਦਾ ਹੈ ਮੋਚਨਾ 나ਈ ਦਾ ਸਭ ਤੋਂ ਜ਼ਰੂਰੀ ਸੰਦ ਉੱਚਾ ਹੈ ਅੱਗੇ ਉਠਾ ਉਠਾ ਦਾ ਮਤਲਬ ਕੀ ਆ ਫੋੜਾ ਉਸ ਦੇ ਪੈਰ ਤੇ ਕੋਈ ਉਠਾ ਗਿਆ ਉਠ ਆਇਆ ਹੈ ਅੱਗੇ ਉਠਾ ਦਾ ਮੀਨਿੰਗ ਕੀ ਹੈ ਮਾਰਨਾ ਉਸ ਨੇ ਮੇਰੇ ਤੇ ਐਵੇਂ ਹੀ ਹੱਥ ਉਠਾ ਲਿਆ ਅੱਗੇ ਬੈਠਾ ਨਾ ਦੇਣਾ ਮੈਂ ਉਸ ਨੂੰ ਕਮਰੇ ਕਮਰੇ ਚੋਂ ਉਠਾ ਕੇ ਬਾਹਰ ਪੇਸ਼ ਦਿੱਤਾ ਅਗਲਾ ਸ਼ਬਦ ਅੱਕ ਅੱਕ ਦਾ ਤੇ ਤੰਗ ਆ ਜਾਣਾ ਮੈਂ ਤੁਹਾਡੀਆਂ ਗੱਲਾਂ ਸੁਣ ਸੁਣ ਕੇ ਅੱਕ ਗਿਆ ਹਾਂ ਅੱਗੇ ਹੁੰਦਾ ਅੱਕ ਦਾ ਮਤਲਬ ਬੂਟਾ ਅੱਕ ਦਾ ਬੂਟਾ ਬਹੁਤ ਕੋੜਾ ਹੁੰਦਾ ਹੈ ਅੱਗੇ ਅੱਕ ਦਾ ਮੀਨਿੰਗ ਹੋਰ ਕੀ ਹੁੰਦਾ ਥੱਕ ਜਾਣਾ ਮੈਂ ਪੜ ਪੜ ਕੇ ਅੱਕ ਗਿਆ ਹਾਂ ਆਕੜ ਆਕੜ ਦਾ ਮੀਨਿੰਗ ਕੀ ਹੈ ਹੰਕਾਰ ਪੈਸਾ ਉਣ ਨਾਲ ਉਸ ਵਿੱਚ ਆਕੜ ਆ ਗਈ ਹੋਰ ਆਕੜ ਦਾ ਮੀਨਿੰਗ ਕੀ ਹੈ ਮਰ ਜਾਣਾ ਉਹ ਕੱਲ ਰਾਤ ਠੰਡ ਵਿੱਚ ਪਿਆ ਆਕੜ ਗਿਆ। ਅੰਗੜਾਈ ਉਹ ਹਮੇਸ਼ਾ ਸੁੱਤੇ ਉੱਠ ਕੇ ਆਕੜ ਪੰਦਾ ਹੈ। ਅੱਡਾ ਟਿਕਾਣਾ ਦੁਕਾਨ ਲਈ ਅੱਡਾ ਬਹੁਤ ਵਧੀਆ ਹੈ। ਬਸਟਨ ਬਸ ਦਾ ਅੱਡਾ ਸਾਡੇ ਘਰੋਂ ਬਹੁਤ ਦੂਰ ਹੈ। ਅਗੇ ਅੱਡਾ ਤਰਖਾਨ ਦੇ ਕੰਮ ਆਉਣ ਵਾਲਾ ਯੰਤਰ ਜਾਂ ਸੰਦ। ਤਰਖਾਨ ਨੇ ਕੰਮ ਕਰਨ ਲਈ ਪਹਿਲਾਂ ਅੱਡਾ ਬਣਾਇਆ। ਸਾਰਾ ਤਾਸ਼ ਦੀ ਸਰ ਤਾਸ਼ ਖੇਡਦੇ ਆ ਮੇਰੀ ਇੱਕ ਵੀ ਸਰ ਨਹੀਂ ਬਣੀ ਸਰੋਵਰ ਇਸ ਸਰ ਦਾ ਪਾਣੀ ਬਹੁਤ ਠੰਡਾ ਹੈ ਸਰ ਦਾ ਮਤਲਬ ਇੱਥੇ ਕੀ ਆ ਗਿਆ ਸਰੋਵਰ ਫਤਿਹ ਕਰਨਾ ਬਹਾਦਰਾਂ ਨੇ ਮੋਰਚਾ ਸਰ ਕਰ ਕੇ ਸਾਰ ਲਿਆ ਸੂਤ ਸੂਤ ਦਾ ਮਤਲਬ ਕੀ ਹੈ ਰਾਸ ਤੁਹਾਡੇ ਡਰ ਨਾਲ ਹੀ ਉਹ ਸੂਤ ਰਹੇਗਾ ਅਗੇ ਸੂਤ ਕੀ ਹੁੰਦਾ ਤਾਗਾ ਸ਼ੀਲਾ ਸੂਤ ਬਹੁਤ ਬਰੀਕ ਕਤਦੀ ਹੈ। ਸੂਤ, ਨਿਸ਼ਾਨ, ਤਰਖਾਨ ਨੇ ਲੱਕੜੀ ਚੀਰਨ ਲਈ ਪਹਿਲਾ ਸੂਤ ਲਾਇਆ। ਸੂਆ, ਵੱਡੀ ਸੂਈ, ਸੂਏ ਨਾਲ ਬੋਰੀ ਸਿਉਂ। ਮੱਝ ਦਾ ਸੂਆ, ਸਾਡੀ ਮੱਝ ਦਾ ਇਹ ਪਹਿਲਾ ਸੂਆ ਹੈ। ਖਾਲ ਦਾ ਇਹ ਸੂਆ ਸਰਹੰਦ ਨਹਿਰ ਵਿੱਚੋਂ ਨਿਕਲਦਾ ਹੈ। ਸੰਘ, ਸਾਰ। ਮੈਨੂੰ ਤੁਹਾਡਾ ਸੰਗ ਹਮੇਸ਼ਾ ਹੀ ਚਾਹੀਦਾ ਹੈ ਟੋਲਾ ਇਹ ਸੰਗ ਮਾਤਾ ਦੇ ਜਾ ਰਿਹਾ ਹੈ ਸੰਗਣਾ ਚੰਗਾ ਕੰਮ ਕਰਨ ਵੇਲੇ ਰਤਾ ਸੰਗ ਨਾ ਕਰੋ ਅਗਲਾ ਕੀ ਹੈ ਸ਼ਬਦ ਸਤ ਸਬਦ ਅਰਥ ਕੀ ਹੈ ਰਸ ਬਾਜ਼ਾਰੋਂ ਨਿੰਬੂ ਦਾ ਸਤ ਲਿਆਓ ਤੰਗ ਆ ਜਾਣਾ ਮੈਂ ਤੁਹਾਡੀਆਂ ਬੇਫਕੂਫੀਆਂ ਤੋਂ ਸਤ ਗਿਆ ਹਾਂ ਤਾਕਤ ਸੱਟ ਲੱਗਣ ਨਾਲ ਜਿਵੇਂ ਉਸ ਵਿੱਚ ਸਾਹ ਸੱਤ ਹੀ ਲਿ ਰਹੇ ਹਾਂ ਹਾਰ ਫੁੱਲਾਂ ਦਾ ਹਾਰ ਮੈਂ ਫੁੱਲਾਂ ਦਾ ਹਾਰ ਖਰੀਦਿਆ ਅਗੇ ਹਾਰ ਦਾ ਮੀਨਿੰਗ ਕੀ ਆ ਕਟਾ ਉਸ ਨੂੰ ਤਾਂ ਵਪਾਰ ਵਿੱਚ ਬਹੁਤ ਹਾਰ ਹੋਈ ਥਕ ਹਾਰ ਦਾ ਮਤਲਬ ਹੋਰ ਕੀ ਆ ਥੱਕ ਗਿਆ ਮੈਂ ਤਾਂ ਮਿਹਨਤ ਕਰਕੇ ਹਾਰ ਗਿਆ ਹਾਂ ਅਗੇ ਹਾਰ ਦਾ ਮੀਨਿੰਗ ਹਾਰਨਾ ਅਸੀਂ ਮੈਚ ਹਾਰ ਗਏ ਹਾਲ ਹਾਲਤ ਆਪਣਾ ਹਾਲਚਲ ਸੁਣਾਓ ਅਗੇ ਲੋਹੇ ਦਾ ਚੱਕਰ ਪੱਈਏ ਉੱਪਰ ਹਾਲ ਨੂੰ ਗਰਮ ਕਰਕੇ ਚੜਾਓ ਹਾਲ ਦਾ ਮਤਲਬ ਕੀ ਹੈ ਲੋਹੇ ਦਾ ਚੱਕਰ ਅਜੇ ਹਾਲ ਦੀ ਘੜੀ ਮੈਂ ਇੱਥੇ ਹੀ ਹਾਂ ਮਤਲਬ ਮੈਂ ਹਜੇ ਇੱਥੇ ਹੋਰ ਸਮਾਂ ਰੁਕਾਂਗਾ ਹਾਲ ਦੀ ਘੜੀ ਮੈਂ ਇੱਥੇ ਹੀ ਹਾਂ ਕਹੀ ਆਖੀ ਉਸਨੇ ਅੱਜ ਮੈਨੂੰ ਇਹ ਗੱਲ ਕਹੀ ਹੈ ਮਿੱਟੀ ਪੁੱਟਣ ਵਾਲਾ ਯੰਤਰ ਕਹੀ ਨਾਲ ਇੱਥੋਂ ਮਿੱਟੀ ਪੁੱਟੋ ਕਹੀ ਕਿੰਨੀ ਦਿਲਜੀਤ ਨੇ ਇਹ ਗੱਲ ਕਹੀ ਸੋਹਣੀ ਕੀਤੀ ਹੈ ਕਹੀ ਦਾ ਮਤਲਬ ਕੀ ਹੈ ਇਹ ਕਿੰਨੀ ਸੋਹਣੀ ਕੀਤੀ ਹੈ ਅੱਗੇ ਬੇਟਾ ਕੱਚਾ ਪੱਕੇ ਦੇ ਉਲਟ ਇਸ ਕਪੜੇ ਦਾ ਰੰਗ ਕੱਚਾ ਹੈ ਝੂਠਾ ਜਦੋਂ ਉਸ ਦਾ ਝੂਠ ਜ਼ਾਹਰ ਹੋ ਗਿਆ ਤਾਂ ਉਹ ਬੜਾ ਕੱਚਾ ਹੋਇਆ ਅਨਰਿਜਿਆ ਕੁੱਤੇ ਤਾਂ ਕੱਚਾ ਮਾਸ ਹੀ ਖਾ ਜਾਂਦੇ ਹਨ ਕੰਡਾ ਤੱਕੜ ਅਸੀਂ ਕੰਡਾ ਲਾ ਕੇ ਦਾਣੇ ਤੋਲੇ ਨਿੱਕੀ ਸੂਲ ਮੇਰੇ ਪੈਰ ਵਿੱਚ ਕੰਡਾ ਚੋ ਗਿਆ ਮੱਛੀ ਦੀ ਹੱਡੀ ਇਸ ਮੱਛੀ ਵਿੱਚ ਕੰਡਾ ਬਹੁਤ ਹੈ ਅਗੇ ਕਾਲ ਸਮਾ ਕਾਲ ਤਿੰਨ ਪ੍ਰਕਾਰ ਦੇ ਹੁੰਦੇ ਹਨ ਭੂਤ ਕਾਲ ਵਰਤਮਾਨ ਕਾਲ ਤੇ ਭਵਿੱਖਤ ਕਾਲ ਅਗੇ ਕਾਲ ਮੌਤ ਬਸ ਉਸ ਦਾ ਕਾਲ ਉਸ ਨੂੰ ਉੱਥੇ ਲੈ ਗਿਆ ਖਾਂਦੀਆਂ ਚੀਜ਼ਾਂ ਦੀ ਕਮੀ ਬੰਗਾਲ ਦੇ ਕਾਲ ਵਿੱਚ ਬਹੁਤ ਸਾਰੇ ਬੰਦੇ ਮਾਰੇ ਗਏ ਸਨ ਕੋਟ ਪਾਉਣ ਵਾਲਾ ਕੱਪੜਾ ਮੈਂ ਸਰਦੀ ਤੋਂ ਬਚਣ ਲਈ ਕੋਟ ਪਾ ਲਿਆ ਕਿਲਾ ਫੌਜ ਨੇ ਕੋਟ ਨੂੰ ਘੇਰਾ ਪਾ ਕੇ ਗੋਲਾਬਾਰੀ ਸ਼ੁਰੂ ਕਰ ਦਿੱਤੀ ਤਾਸ਼ ਦੀ ਬਾਜੀ ਤਾਸ਼ ਦੀ ਪਹਿਲੀ ਬਾਜੀ ਵਿੱਚ ਹੀ ਅਸੀਂ ਉਹਨਾਂ ਸਿਰ ਕੋਟ ਕਰ ਦਿੱਤਾ ਖੱਟੀ ਸਵਾਦ ਲੱਸੀ ਬਹੁਤ ਕੱਟੀ ਹੈ ਅਗੇ ਖੱਟੀ ਦਾ ਮੀਨਿੰਗ ਰੰਗ ਕੁੜੀ ਨੇ ਖੱਟੀ ਚੁੰਨੀ ਲਈ ਹੋਈ ਹੈ ਅਗੇ ਖੱਟੀ ਦਾ ਮੀਨਿੰਗ ਹੋਗਾ ਕਮਾਈ ਖੱਟੀ ਕਮਾਈ ਕਰਨੀ ਅਜਕਰ ਬਲੈਕੀ ਅੰਨੀ ਖੱਟੀ ਕਰ ਰਹੇ ਹਨ ਗੋਲਾ ਤੋਪ ਦਾ ਗੋਲਾ ਤੋਪ ਦਾ ਗੋਲਾ ਬਹੁਤ ਦੂਰ ਤੱਕ ਮਾਰ ਕਰਦਾ ਹੈ ਪਟਾਕਾ ਦੀਵਾਲੀ ਦੀ ਰਾਤ ਨੂੰ ਲੋਕਾਂ ਨੇ ਗੋਲੇ ਚਲਾਏ ਰਸੋਲੀ ਡਾਕਟਰ ਨੇ ਆਪਰੇਸ਼ਨ ਕਰਕੇ ਉਸਦੇ ਪੇਟ ਵਿੱਚੋਂ ਗੋਲਾ ਕੱਢਿਆ ਕੜੀ ਸਮਾ ਦਸਣ ਵਾਲਾ ਯੰਤਰ ਕੜੀ ਉੱਤੇ 12 ਵਜੇ ਹਨ ਕੁਝ ਸਮਾਂ ਮੈਂ ਕੜੀ ਕੋ ਇੱਥੇ ਬੈਠਾਂਗਾ ਕੜਨਾ ਮੈਂ ਚਾਕੂ ਨਾ ਕਲਮ ਕੜੀ ਛੋਟਾ ਕੜਾ ਕੜੀ ਦਾ ਪਾਣੀ ਬਹੁਤ ਠੰਡਾ ਹੈ ਚੱਕ ਖੂਦ ਹੀ ਕੋਠੀ ਦਾ ਆਧਾਰ ਖੂਦ ਦਾ ਚੱਕ ਵਾਉਣ ਸਮੇਂ ਬੜੇ ਸ਼ਗਨ ਕੀਤੇ ਜਾਂਦੇ ਹਨ কুমਯਾਰ ਦਾ ਯੰਤਰ কুমਯਾਰ ਦਾ ਯੰਤਰ ਕਿਹੜਾ ਜਿਸ ਤੇ কুমਯਾਰ ਪਾਂਡੇ ਬਣਾਉਂਦਾ ਹੈ। কুমਿਆਰ ਚੱਕ ਉਤੇ ਪਾਂਡੇ ਬਣਾ ਰਿਹਾ ਹੈ। ਪਿੰਡ ਦਾ ਨਾਮ ਇਸ ਪਿੰਡ ਦਾ ਨਾਮ ਚੱਕ ਹਕੀਮ ਹੈ। ਦੰਦੀ ਕੁੱਤੇ ਨੇ ਮੇਰੀ ਲੱਤ ਉੱਪਰ ਚੱਕ ਵੱਡਿਆ ਚਾਪਾ ਅਚਾਨਕ ਤਲਾਸ਼ੀ ਪੁਲਿਸ ਨੇ ਸੁਰੈਨੇ ਦੇ ਘਰੋਂ ਨਜਾਇਜ਼ ਸ਼ਰਾਬ ਫੜਨ ਲਈ ਚਾਪਾ ਮਾਰਿਆ ਛਪਾਈ ਇਸ ਕਪੜੇ ਦਾ ਚਾਪਾ ਬਹੁਤ ਸੁੰਦਰ ਹੈ। ਚਾਪਾ ਮਤਲਬ ਕਢਾਈ ਬਹੁਤ ਸੁੰਦਰ ਹੈ। ਪ੍ਰੈਸ ਇਹ ਛਾਪਾਖਾਨਾ ਚੰਗੀ ਛਪਾਈ ਕਰਦਾ ਹੈ ਛਾਪਾਖਾਨਾ ਚਪਾਈ ਕਰਦਾ ਮਤਲਬ ਇੱਥੇ ਚੀਜ਼ਾਂ ਚੰਗੀਆਂ ਛਪਦੀਆਂ ਪ੍ਰਿੰਟਿੰਗ ਪ੍ਰੈਸ ਵਾਂਗੂ ਜੱਗ ਇੱਕ ਭਾਂਡਾ ਪਾਣੀ ਦਾ ਜੱਗ ਲਿਆਓ ਭੋਜਨ ਛਕੋਣਾ ਵਿਸਾਖੀ ਦੇ ਦਿਨ ਸੰਤਾਂ ਦੇ ਡੇਰੇ ਉੱਤੇ ਭਾਰੀ ਜੱਗ ਕੀਤਾ ਜਾਂਦਾ ਹੈ ਦੁਨੀਆ ਇਸ ਜੱਗ ਤੋਂ ਸਾਰਿਆਂ ਨੇ ਇੱਕ ਦਿਨ ਚਲੇ ਜਾਣਾ ਹੈ ਟਿੱਕਾ ਤਿਲਕ ਪੰਡਤ ਨੇ ਮਰਥੇ ਉੱਪਰ ਕੇਸਰ ਦਾ ਟਿੱਕਾ ਲਾਇਆ ਮੱਥੇ ਦਾ ਗਿਆਨਾ ਨਵੀਂ ਵਿਆਹੀ ਵੋਟੀ ਦੇ ਮੱਥੇ ਉੱਪਰ ਸੋਨੇ ਦਾ ਟਿੱਕਾ ਸ਼ੋਭ ਰਿਹਾ ਸੀ ਹੈ ਰਾਜ ਕੁਮਾਰ ਕੱਲ ਮਹਾਰਾਜੇ ਦੇ ਵੱਡੇ ਸੁਪੁੱਤਰ ਟਿੱਕਾ ਜਸਜੀਤ ਸਿੰਘ ਦਾ ਵਿਆਹ ਹੋਇਆ ਟੋਟਾ ਟੁਕੜਾ ਮੈਂ ਗੰਨੇ ਦਾ ਇੱਕ ਟੋਟਾ ਚੁਪਿਆ ਟੁੱਟੇ ਹੋਏ ਚਾਵਲ ਮੈਂ ਬਾਜ਼ਾਰੋਂ ਬਾਸਮਤੀ ਦਾ ਟੋਟਾ ਖਰੀਦਿਆ ਘਾਟਾ ਮੈਨੂੰ ਇਸ ਕੰਮ ਵਿੱਚ ਨਫਾ ਨਹੀਂ ਸਗੋਂ ਟੋਟਾ ਹੀ ਨਜ਼ਰ ਆਉਂਦਾ ਹੈ ਟੋਟੇ ਦਾ ਮਤਲਬ ਇੱਥੇ ਕੀ ਆ ਕਟ ਮੈਨੂੰ ਇਸ ਕੰਮ ਵਿੱਚ ਨਫਾ ਨਹੀਂ ਸਗੋਂ ਟੋਟਾ ਹੀ ਨਜ਼ਰ ਆਉਂਦਾ ਹੈ ਟਿੱਕੀ ਗੋਲੀ ਮੈਂ ਦਵਾਈ ਦੀ ਟਿੱਕੀ ਖਾ ਲਈ ਹੈ ਸੂਰਜ ਸੂਰਜ ਦੀ ਟਿੱਕੀ ਚੜ ਪਈ ਹੈ ਛੋਟੀ ਰੋਟੀ ਤੂੰ ਜਰਾ ਵੱਡੀ ਰੋਟੀ ਪਕਾ ਕੀ ਇਹ ਕੀ ਟਿੱਕੀਆਂ ਜਿਹੀਆਂ ਪਕਾ ਰਹੀਆਂ ਹੈ ਡੰਡੀ ਤੰਗ ਰਸਤਾ ਮੈਂ ਖੇਤਾਂ ਵਿਚਲੀ ਡੰਡੀ ਪੈ ਕੇ ਖੂਹ ਤੇ ਪੁੱਜਾ ਕੰਨ ਵਿੱਚ ਪਾਉਣ ਵਾਲਾ ਗਹਿਣਾ ਮੇਰੇ ਸੋਨੇ ਦੀ ਇੱਕ ਡੰਡੀ ਕਿਤੇ ਡਿੱਗ ਪਈ ਹੈ ਤਕੜੀ ਦੀ ਡੰਡੀ ਤਕੜੀ ਦੀ ਡੰਡੀ ਟੁੱਟ ਗਈ ਹੈ ਡੰਗ ਵਕਤ ਅੱਜ ਮੈਂ ਇੱਕ ਡੰਗ ਦਾ ਵਰਤ ਰੱਖਿਆ ਹੈ ਦਸਨਾ ਸੱਪ ਡੰਗ ਮਾਰਨ ਦਾ ਸੁਭਾਅ ਨਹੀਂ ਛੱਡਦਾ ਜੋਰ ਮੀਂਹ ਪੈਣਾ ਛੀਤ ਦਾ ਡੰਗ ਮਿੱਠਾ ਪੈ ਗਿਆ ਤੱਕ ਗਰਮ ਹੋਣਾ ਤਵਾ ਤਪ ਗਿਆ ਹੈ ਕਟੋਰ ਭਗਤੀ ਮਹਾਤਮਾ ਬੁੱਧ ਜੰਗਲਾਂ ਵਿੱਚ ਤਪ ਕਰਨ ਚਲੇ ਗਏ ਗੁੱਸੇ ਵਿੱਚ ਆਉਣਾ ਮੈਂ ਉਸ ਨੂੰ ਕਿਹਾ ਤਾਂ ਕੁਝ ਨਹੀਂ ਪਰ ਉਹ ਐਵੇਂ ਹੀ ਤਪ ਪਿਆ ਤਾਰ ਲੋਹੇ ਦੀ ਤਾਰ ਖੇਤ ਨੂੰ ਕੰਡੇਦਾਰ ਤਾਰ ਲਾ ਤਿਓ ਟੈਲੀਗ੍ਰਾਮ ਮੈਂ ਉਸ ਨੂੰ ਤਾਰ ਰਾਂਹੀਂ ਉਸ ਦੇ ਵਿਆਹ ਦੀ ਵਧਾਈ ਭੇਜੀ ਤਾਰਨਾ ਉਹ ਆਪਣੀ ਮਾਂ ਦੇ ਫੁੱਲ ਗੰਗਾ ਵਿੱਚ ਤਾਰ ਆਇਆ ਹੈ ਤਾਰ ਪਾਣੀ ਦੀ ਤਾਰ ਪ੍ਰ ਨਾਲੇ ਵਿੱਚੋਂ ਪਾਣੀ ਦੀ ਤਾਰ ਡਿੱਗ ਰਹੀ ਸੀ ਤਲਵਾਰ ਦੀ ਤਾਰ ਤਲਵਾਰ ਦੀ ਤਾਰ ਬਹੁਤ ਤਿੱਖੀ ਹੈ ਮੱਝ ਦੀ ਤਾਰ ਉਸਨੇ ਮੱਝ ਦੀ ਤਾਰ ਕੱਢੀ ਤੇ ਦੁੱਧ ਦੀ ਬਾਲਟੀ ਭਰ ਲਈ ਫੁੱਟ ਫਲ ਫੁੱਟ ਦਾ ਸਵਾਦ ਫਿੱਕਾ ਹੁੰਦਾ ਹੈ ਅਜੂਤੜਾ Hindu Musalman ਦੀ ਫੁੱਟ ਭਾਰਤ ਦੇ ਟੁੱਟੇ ਕਰਨ ਦਾ ਕਾਰਨ ਬਣੀ ਉਗਣਾ ਖੇਤ ਵਿੱਚ ਬੀਜੇ ਕਣਕ ਦੇ ਦਾਣੇ ਫੁੱਟ ਪਏ ਹਨ ਫੁੱਲ ਹੱਡੀਆਂ ਉਸਨੇ ਆਪਣੀ ਮਾਂ ਦੇ ਫੁੱਲ ਗੰਗਾ ਵਿੱਚ ਪਾਏ ਖੁਸ਼ ਹੋਣਾ ਮੈਂ ਉਸ ਦੀ ਜਰਾ ਕੋ ਖੁਸ਼ਾਮਦ ਕੀਤੀ ਤਾਂ ਉਹ ਫੁੱਲ ਗਿਆ ਫੁੱਲ ਇਹ ਗੁਲਾਬ ਦਾ ਫੁੱਲ ਹੈ ਲੜ ਡੰਗ ਮਾਰਨਾ ਮੇਰੇ ਮੱਛਲ ਲੜ ਰਿਹਾ ਹੈ ਛਗੜਾ ਕਰਨਾ ਮੇਰਾ ਗਵਾਂਢੀ ਐਵੇਂ ਹੀ ਮੇਰੇ ਨਾਲ ਲੜ ਪਿਆ ਪੱਗ ਦਾ ਲੜ ਆਪਣੀ ਪੱਗ ਦਾ ਲੜ ਟੰਗ ਲਵੋ ਲਾਵਾ ਫੇਰੇ ਪਾਈ ਨੇ ਲਾਵਾ ਪੜ ਕੇ ਮੁੰਡੇ ਕੁੜੀ ਦਾ ਵਿਆਹ ਕਰ ਦਿੱਤਾ ਮਾਰਾਂ ਚੁੱਪ ਕਰੇਗਾ ਜਾਂ ਲਾਵਾ ਤੇਰੇ ਥੱਪੜ ਕਾਣਾ ਉਹ ਇੱਕ ਅੱਖੋਂ ਲਾਵਾ ਹੈ ਵਾਰ ਹਮਲਾ ਉਸਨੇ ਮੇਰੇ ਉੱਪਰ ਤਲਵਾਰ ਦਾ ਵਾਰ ਕੀਤਾ ਕੁਰਬਾਨ ਕਰਨਾ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਧਰਮ ਦੀ ਖਾਤਰ ਆਪਣਾ ਸਿਰ ਵਾਰ ਦਿੱਤਾ ਦਿਨ ਅੱਜ ਸੋਮਵਾਰ ਹੈ ਵਾ ਯਤਨ ਮੈਂ ਆਪਣੀ ਪੂਰੀ ਵਾ ਲਾਈ ਹੈ ਪਰ ਕੰਮ ਨਹੀਂ ਬਣਿਆ ਵੰਡਿਆਈ ਉਸ ਦੀ ਸਾਰੇ ਪਿੰਡ ਵਿੱਚ ਵਾਵਾ ਹੋ ਗਈ ਵੋਣਾ ਦੱਬ ਕੇ ਵਾ ਤੇ ਰੱਜ ਕੇ ਖਾ ਵੇਲ ਰੁੱਖਾਂ ਜਾਂ ਕੰਦਾ ਉੱਪਰ ਚੜਨ ਵਾਲਾ ਪੌਦਾ ਇਹ ਅੰਗੂਰ ਦੀ ਵੇਲ ਹੈ ਵਾਰਨਾ ਖੁਸਰੇ ਨੇ ਮੇਰੇ ਦਿੱਤੇ 10 ਰੁਪਏ ਦੀ ਵੇਲ ਕੀਤੀ ਵੇਲਣਾ ਰੋਟੀ ਨੂੰ ਵੇਲ ਕੇ ਤਵੇ ਤੇ ਪਾਓ ਇਸ ਤਰ੍ਹਾਂ ਅਖੀਰ ਵਿੱਚ ਮੈਂ ਆਸ ਕਰਦੀ ਹਾਂ ਕਿ ਤੁਹਾਨੂੰ ਬਹੁਾਰਤਕ ਸ਼ਬਦ ਚੰਗੀ ਤਰ੍ਹਾਂ ਸਮਝ ਲੱਗ ਗਏ ਹੋਣਗੇ ਧੰਨਵਾਦ